ਚਹੇੜੂ ਪੁਲਿਸ ਨੇ ਮਹੇੜੂ ਪਿੰਡ ਦੇ ਲਾ ਗੇਟ ਤੇ ਸਖਤ ਨਾਕੇਬੰਦੀ ਕਰਕੇ ਕੀਤੇ 60 ਦੇ ਕਰੀਬ ਚਲਾਨ। ਪੁਲਿਸ ਚੌਂਕੀ ਚਹੇੜੂ ਵੱਲੋਂ ਜ਼ਿਲ੍ਹਾ ਕਪੂਥਲਾ ਦੇ ਪੁਲਿਸ ਮੁਖੀ ਸਰਦਾਰ ਰਾਜਬਚਨ ਸਿੰਘ ਸੰਧੂ ਦੇ ਨਿਰਦੇਸ਼ਾਂ ਤੇ ਚੌਂਕੀ ਇੰਚਾਰਜ SI ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਿੰਡ ਮਹੇੜੂ ਦੇ ਲਾ ਗੇਟ ਤੇ ਸਖਤ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਗੈਰ ਕਾਨੂੰਨੀ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਟ੍ਰਿਪਲ ਸਵਾਰੀ ਕਰਨ ਵਾਲਿਆਂ ਦੇ ਚਲਾਨ ਕੀਤੇ। ਫਗਵਾੜਾ ਤੋਂ RD ਰਾਮਾ ਦੀ ਰਿਪੋਰਟ। ਸਰ ਲਾਓ ਗੇਟ 'ਤੇ ਅੱਜ ਸਖਤ ਨਾਕਾਬੰਦੀ ਕੀਤੀ ਗਈ ਹੈ, ਕੀ ਕਹਿਣਾ ਹੈ ਤੁਹਾਡਾ, ਕਿਸ ਦੇ ਆਦੇਸ਼ਾਂ 'ਤੇ ਹੈ ਜੀ ਨਾਕਾਬੰਦੀ? ਇਹ ਚੈਕਿੰਗ ਆ ਸਾਡੇ ਮਾਨਯੋਗ SSP ਸਾਹਿਬ ਵੱਲੋਂ ਸਖਤ ਨਾ ਕਰਤਾ ਅਤੇ ਚੈਕਿੰਗ ਕਰਨੀ ਹੈ। ਵਰਬਲੀ ਚੈਕਿੰਗ ਆ, ਡੇਲੀ ਰੂਟੀਨ ਚੈਕਿੰਗ ਆ ਜੀ, ਕੋਈ ਸਪੈਸ਼ਲ ਨਹੀਂ ਲਾਈ ਗਈ, ਇਹ ਡੇਲੀ ਚੈਕਿੰਗ ਹੁੰਦੀ ਆ ਜੀ, ਕਿਉਂਕਿ ਲਾਓ ਗੇਟ 'ਚ ਆਊਟਸਾਈਡਰ ਬਹੁਤ ਆਉਂਦੇ ਆ, ਸਟੂਡੈਂਟ ਕਾਫੀ ਆ, ਅਤੇ ਇਸ ਕਰਕੇ ਚੈਕਿੰਗ ਕੀਤੀ ਜਾਂਦੀ ਜੀ। ਸੋ ਸਰ ਕਿੰਨੇ ਕੁ ਚਲਾਨ ਹੋ ਚੁੱਕੇ ਹੁਣ ਤੱਕ? ਹੁਣ ਤੱਕ 50-60 ਚਲਾਨ ਅਸੀਂ ਕਰ ਚੁੱਕੇ ਹਾਂ ਜੀ। ਰੂਟੀਨ ਦੇ ਆ, ਹਰ ਰੋਜ਼ 10-15 ਚਾਹੀਦੇ ਚਲਾਨ। ਸੋ ਜਿਹੜੇ ਸਰ ਸ਼ੱਕੀ ਵਾਹਨ ਹੈਗੇ ਆ, ਉਹਨਾਂ ਦੀ ਤਲਾਸ਼ੀ ਕਿਸ ਤਰ੍ਹਾਂ ਲਈ ਜਾਂਦੀ? ਤਲਾਸ਼ੀ ਉਹਨਾਂ ਦੀ ਕਾਰ ਵਿੱਚੋਂ ਵੀ ਚੈੱਕ ਕਰੀ ਜਾਂਦੀ ਹੈ, ਡਿੱਗੀ ਵੀ ਚੈੱਕ ਕਰੀ ਜਾਂਦੀ, ਬੈਗ ਬੂਗ ਜਿਹੜਾ ਕੋਈ ਸਮਾਨ ਆ ਉਹ ਸਾਰਾ ਕੁਛ ਚੈੱਕ ਕਰੀ, ਰੂਟੀਨ ਦਾ ਚੈੱਕਿੰਗ ਕਰੀਦੀ ਹੈ। ਜੇ ਕੋਈ ਸ਼ੱਕੀ ਸਮਾਨ ਸਾਨੂੰ ਮਿਲਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਸਰ ਚੈਕਿੰਗ ਦੌਰਾਨ ਕੋਈ ਮਾਮਲਾ ਆਇਆ ਹੋਇਆ ਜਾਂ ਸਾਹਮਣੇ ਪਿਛਲੇ ਦਿਨਾਂ ਵਿੱਚ? ਅਜੇ ਤੱਕ ਤਾਂ ਕੁਝ ਨਹੀਂ ਹੈਗਾ ਜੀ, ਪਰ ਜਦੋਂ ਕੋਈ ਆ ਜਾਏ ਤਾਂ ਫਿਰ ਉਹਦੇ ਖਿਲਾਫ ਪੂਰੀ ਕਾਰਵਾਈ ਕੀਤੀ। ਸਰ ਨਾਕਾਬੰਦੀ ਇਸੇ ਲਾਓ ਗੇਟ 'ਤੇ ਹੀ ਰਹੇਗੀ ਜਾਂ ਆਸੇ ਪਾਸੇ ਵੀ ਕੀਤੀ ਜਾਵੇਗੀ? ਨਾਕਾਬੰਦੀ ਅਸੀਂ ਲਾਓ ਗੇਟ ਦੇ ਆਲੇ ਦੁਆਲੇ ਜਿੱਥੇ ਕੋਈ ਪੁਆਇੰਟ ਚੰਗਾ ਲੱਗਦਾ ਸਾਨੂੰ, ਪਬਲਿਕ ਦੀ ਇੰਟਰੀ ਜ਼ਿਆਦਾ ਆ, ਉੱਥੇ ਰੋਕ ਕੇ ਚੈੱਕ ਕਰ ਰਹੇ ਹਾਂ। ਸੋ ਸਰ ਜਿਹੜੇ ਕਾਨੂੰਨ ਦੀ ਉਲੰਘਣਾ ਕਰ ਰਹੇ ਆ, ਕੀ ਉਹਨਾਂ ਲਈ ਚੇਤਾਵਨੀ ਕੀ ਹੈ? ਉਹਨਾਂ ਨੂੰ ਇਹ ਚੇਤਾਵਨੀ ਆ ਕਿ ਉਹ ਆਪਣੀਆਂ ਜਿਹੜੀਆਂ ਰੂਲ ਰੈਗੂਲੇਸ਼ਨ, ਟ੍ਰੈਫਿਕ ਰੈਗੂਲੇਸ਼ਨ ਔਰ ਸਾਰੇ ਜਿਹੜੇ ਆ ਉਹ ਆਪਣੇ ਨੂੰ ਮੰਨ ਕੇ ਚੱਲਣ, ਜਿਹੜਾ ਉਹਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਕਰ ਰਹੇ। ਸਰ ਗੱਲਬਾਤ ਕਰਨ ਲਈ ਧੰਨਵਾਦ।